ਜੋ ਬੋਲੇ ਸੋ ਨਰਪਹ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਹਰਿ ਸੋ ਹੀਰਾ ਛਾਡ ਕੈ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਪਾਖੇ ਰਵਿਦਾਸ। ਦੁਖੀਆਂ ਕੇ ਦੁਖ ਦੂਰ ਕਰ, ਕਸ਼ਟ ਨਿਵਾਰੋ ਆਪ, ਸਦਾ ਸਹਾਈ ਪ੍ਰਭੂ ਹੈ, ਕਰੇ ਜੋ ਉਸ ਕਾ ਜਪ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰ ਦੀ ਬਾਣੀ ਦਾ ਹੁਕਮ ਹੈ, ਦੁਖੀਆਂ ਕੇ ਦੁੱਖ ਦੂਰ ਕਰ, ਕਸ਼ਟ ਨਿਵਾਰੋ ਆਪ, ਸਦਾ ਸਹਾਈ ਪ੍ਰਭੂ ਹੈ, ਕਰੇ ਜੋ ਉਸਕਾ ਜਾਪ। ਦੁਖੀਆਂ ਦੇ ਦੁੱਖ ਕੱਟਣ ਵਾਲਾ ਉਹ ਪਰਮਾਤਮਾ, ਜਿਹਦੀ ਬਾਣੀ ਨੂੰ ਪੜ੍ਹ ਕੇ ਸਾਡੇ ਦੁੱਖ ਕੱਟੇ ਜਾਂਦੇ ਹਨ, ਉਹਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਕਰਦੇ ਹਾਂ। ਇਹ ਜੋ ਸਮਾਂ ਚੱਲ ਰਿਹਾ ਹੈ ਕੋਰੋਨਾ ਵਾਇਰਸ ਕਰਕੇ ਬਹੁਤ ਹੀ ਭਿਆਨਕ ਹੈ, ਹਰ ਜੀਵ ਵਾਸਤੇ, ਹਰ ਦੇਸ਼ ਵਾਸਤੇ, ਪੂਰੇ ਵਰਲਡ ਵਾਸਤੇ, ਕਿਉਂਕਿ ਇਸ ਬਿਮਾਰੀ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ। ਵਿਦੇਸ਼ਾਂ ਦੇ ਵਿੱਚ, ਇਟਲੀ ਦੇ ਵਿੱਚ, ਅਮਰੀਕਾ ਵਿੱਚ, ਫਰਾਂਸ ਵਿੱਚ, ਜਪਾਨ ਵਿੱਚ, ਹੋਰ ਵੀ ਕਈ ਮੁਲਕ ਐਸੇ ਹਨ ਜਿੱਥੇ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ। ਆਪਣੇ ਭਾਰਤ ਵਿੱਚ ਵੀ 100 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਹਨ। ਮੈਂ ਅਮਰਜੀਤ ਕੁਮਾਰ ਵਿਦਾਸੀਆ, ਧੰਨ ਧੰਨ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਅਰਦਾਸ ਕਰਦਾ ਹਾਂ ਕਿ ਇਹ ਜੋ ਕਰੋਨਾ ਵਾਇਰਸ ਹੈ, ਇਸ ਦਾ ਇਲਾਜ ਨੂੰ ਕਰਨ ਵਾਸਤੇ ਇਹਦੀ ਦਵਾਈ ਛੇਤੀ ਤੋਂ ਛੇਤੀ ਸਾਡੇ ਡਾਕਟਰਾਂ ਨੂੰ, ਸਾਇੰਟਿਸਟਾਂ ਨੂੰ ਮਿਲ ਜਾਵੇ, ਇਹੀ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਕਰਦੇ ਹਾਂ। ਕਿਉਂਕਿ ਇਹਨੂੰ, ਇਸ ਬਿਮਾਰੀ ਤੋਂ ਬਚਣ ਦੇ ਦੋ ਹੀ ਹੱਲ ਹਨ, ਜਾਂ ਤਾਂ ਸਾਨੂੰ ਇਸ ਬਿਮਾਰੀ ਦਾ ਇਲਾਜ ਮਿਲ ਜਾਵੇ ਤਾਂ ਬਚਿਆ ਜਾ ਸਕਦਾ, ਜੇ ਨਹੀਂ ਤਾਂ ਫਿਰ ਹੋਰ ਕੋਈ ਕਾਰਨ ਹੈ ਨਹੀਂ ਬਚਣ ਦਾ, ਇੱਕੋ ਇੱਕ ਕਾਰਨ ਫਿਰ ਉਹ ਰਹਿ ਜਾਂਦਾ ਕਿ ਅਸੀਂ ਆਪਣੇ ਆਪ ਨੂੰ ਘਰ ਦੇ ਵਿੱਚ ਰੱਖੀਏ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੀਏ, ਆਪਣੇ ਆਪ ਨੂੰ ਸੁਰੱਖਿਅਤ ਰੱਖੀਏ, ਕਿਉਂਕਿ ਹੋਰ ਕੋਈ ਕਾਰਨ ਹੈ ਨਹੀਂ। ਜੇਕਰ ਆਪਾਂ ਬਾਹਰ ਜਾਵਾਂਗੇ ਤਾਂ ਬਾਹਰ ਜਾਣ ਕਰਕੇ ਸਾਨੂੰ ਇਹ ਬਿਮਾਰੀ ਲੱਗਣ ਦਾ ਡਰ ਬਣਿਆ ਰਹੇਗਾ ਕਿ ਬਿਮਾਰੀ ਤੋਂ ਅਸੀਂ ਬਚ ਨਹੀਂ ਸਕਦੇ।
ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ, ਸਾਡੇ ਰਵਿਦਾਸੀਆ ਸਮਾਜ ਦੀਆਂ ਸੰਗਤਾਂ ਨੂੰ, ਹੋਰ ਵੀ ਸਾਰੇ ਜਿੰਨੇ ਵੀ ਸਾਡੇ ਭਾਰਤ ਵਾਸੀ ਹਨ, ਉਹਨਾਂ ਨੂੰ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਆਪਣੇ ਘਰਾਂ ਦੇ ਵਿੱਚ ਰਹੋ, ਆਪਣੇ ਬੱਚਿਆਂ ਦਾ ਖਿਆਲ ਰੱਖੋ। ਜੇ ਬਾਹਰ ਮਜਬੂਰੀ ਬਸ ਜਾਣਾ ਪੈਂਦਾ ਹੈ, ਜਿਵੇਂ ਸੰਗਤਾਂ ਲੰਗਰ ਦੀ ਸੇਵਾ ਕਰਦੀਆਂ ਬਾਹਰ ਵਰਤਾਉਣ ਜਾਂਦੀਆਂ, ਉਸ ਵੇਲੇ ਵੀ ਆਪਣਾ ਮੂੰਹ ਢੱਕ ਕੇ, ਮਾਸਕ ਪਾ ਕੇ, ਹੱਥਾਂ 'ਤੇ ਦਸਤਾਨੇ ਪਾ ਕੇ, ਸੈਨੇਟਾਈਜ਼ਰ ਜਿਬੀ ਵਿੱਚ ਰੱਖ ਕੇ ਜਾਓ, ਤਾਂ ਜੋ ਕਿਤੇ ਵੀ ਤੁਸੀਂ ਜਾ ਸਕਦੇ ਹਾਂ, ਜਾਂ ਦਸਤਾਨੇ ਨਹੀਂ ਪਾਏ ਤਾਂ ਆਪਣੇ ਸੈਨੇਟਾਈਜ਼ਰ ਨਾਲ ਆਪਣੇ ਹੱਥ ਨੂੰ ਸਾਫ਼ ਕਰੋ, ਹੱਥ ਨੂੰ ਦਵਾਈ ਨਾਲ। ਜੇ ਨਹੀਂ ਤਾਂ ਵਾਰ ਵਾਰ ਜਿੰਨੀ ਵਾਰੀ ਵੀ ਤੁਸੀਂ ਕੋਸ਼ਿਸ਼ ਕਰ ਸਕਦੇ, ਵੱਧ ਤੋਂ ਵੱਧ ਆਪਣੇ ਹੱਥ ਧੋਵੋ। ਜੇਕਰ ਬਾਹਰੋਂ ਆਉਂਦੇ ਤੁਸੀਂ ਘਰਾਂ ਵਿੱਚ ਆਪਣੇ, ਤਾਂ ਆਪਣੇ ਹੱਥ ਜ਼ਰੂਰ ਧੋਵੋ। ਇਹੀ ਬੇਨਤੀ ਅਸੀਂ ਵਾਰ ਵਾਰ ਕਰਦੇ ਹਾਂ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਖਿਆਲ ਰੱਖੋ, ਆਪਣੇ ਭੈਣਾਂ ਭਰਾਵਾਂ ਦਾ ਖਿਆਲ ਰੱਖੋ, ਬੱਚਿਆਂ ਦਾ ਖਿਆਲ ਰੱਖੋ, ਕਿਉਂਕਿ ਇਹ ਇੱਕ ਇਹੋ ਜਿਹੀ ਬਿਮਾਰੀ ਹੈ। ਜੇ ਮੰਨ ਲਓ ਕਿ ਸਾਡੇ ਪਰਿਵਾਰ ਦੇ ਵਿੱਚ 4 ਮੈਂਬਰ ਹਨ, ਜੇ 3 ਮੈਂਬਰ ਘਰ ਦੇ ਵਿੱਚ ਰਹਿੰਦੇ ਹਨ ਔਰ 1 ਮੈਂਬਰ ਘਰ ਦੇ ਵਿੱਚੋਂ ਬਾਹਰ ਜਾਂਦਾ ਵਾਰ ਵਾਰ, ਉਸਨੂੰ ਬਿਮਾਰੀ ਲੱਗ ਜਾਂਦੀ, ਉਹ ਘਰ ਦੇ ਵਿੱਚ ਆਉਂਦਾ ਤਾਂ ਉਹ ਤਿੰਨਾਂ ਨੂੰ ਵੀ ਨਾਲੇ ਲੱਗ ਜਾਣੇ, ਉਹ ਤਿੰਨਾਂ ਦਾ ਘਰ ਵਿੱਚ ਰਹਿਣ ਦਾ ਵੀ ਕੋਈ ਲੋਕਡਾਊਨ 'ਚ ਕੋਈ ਫਾਇਦਾ ਨਹੀਂ ਹੋਇਆ। ਇਸ ਕਰਕੇ ਸਾਰਿਆਂ ਨੂੰ ਬੇਨਤੀ ਕਿ ਆਪਣਾ ਖਿਆਲ ਰੱਖੋ, ਬਚਾਓ ਵਿੱਚ ਹੀ ਬਚਾਓ ਹੈ। ਜੈ ਗੁਰਦੇਵ। ਧੰਨ ਗੁਰਦੇਵ ਜੀ।